खबर दे वल वधीए शर्मा जी ते गल करिए सुप्रीम कोर्ट की। राजपाल खास एक्टिव ने, खास करके उन्हां राज्यां दे विच जिन्हां राज्यां दे विच भाजपा की सरकार नहीं है, विरोधी पार्टियां की सरकार है। हुण राजपाल नूं राजनीति तो दूर रहने की नसीहत दित्ती है, ते नसीहत भी उस धिर ने दित्ती है जिस धिर दे बाबत यह कहा जाता है कि यह सर्वोच्च भी है, ते जदों राष्ट्रवाद का पाठ पढ़ाउणा होवे फिर उस धिर दे हवाले उस धिर दीआं गल्लां भी हुंदीआं ने। जुडिशियरी का सब तो सर्वोच्च थां सुप्रीम कोर्ट ने कहा कि राजपाल राजनीति तो दूर रहन। बिल्कुल प्रवीण जी, तुहाडी गल दुरुस्त है कि इस मौके पंजाब दे राजपाल और पंजाब दे मुख्यमंत्री विचाले जिहो जी तनाव वाली स्थिति चल रही है उहनूं लैके बयानबाजी अजे भी जारी है। कल पंजाब विधानसभा च विरोधी धिर दे लीडर प्रताप बाजवा कह रहे सी कि राजपाल साहब दे सवाल बड़े जायज ने, उहदा जवाब देना चाहिए मुख्यमंत्री नूं। मान नूं कहिंदे जिहड़े बंदे ने सहुं चुकाई है, है ना, हुण उहदा मुखी नहीं हैगा, है कल फिर तुसी मंजूरी की तो लौंगे, कहिंदे कि जदों तुसी सैशन चलाउणा फिर तुसी उहनूं मुखी नूं मंगदे, फिर उहदी सहुं चुक्की नूं अपने आप नूं मुख्यमंत्री किवें मंनदे हो, सहुं तां उसने चुकाई सो, इहो जिहे सवाल खड़े कर रहे सी। उधर जदें मोड़वां जवाब आम आदमी पार्टी ने दित्ता, जदें मालविंदर कंग ने मेज सजाया, माइक रखे, मीडिया बुलाया, ते कहिंदे जी प्रताप सिंह बाजवा नहीं रहा, प्रताप सिंह भाजपा हो गया, ठीक है, कहिंदे कि तां भाजपा दी बोली है, सो इह भाजपा वाले पासों खेड रहे ने जां भाजपा वाले नुमाइंदे दा पक्ष पूर रहे ने, सो इस लई इह तकरार जारी है। पर इह सारे तकरारां दे विचाले सुप्रीम कोर्ट दी इक नसीहत आ गई राजपाल दे लई। जी जी, ਉਹ ਹੁੰਦਾ ਹੈ ਨਾ ਕਿ ਧੀਏ ਨੀ ਤੂੰ ਗੱਲ ਸੁਣ, ਨੂਹੇ ਨੀ ਤੂੰ ਕੰਨ ਕਰ, ਹੈ ਨਾ ਕਿ ਗੱਲ ਕਹੀ ਤਾਂ ਧੀ ਨੂੰ ਜਾਂਦੀ ਆ ਪਰ ਸੁਣਾਈ ਅਸਲ ਚ ਨੂੰਹ ਨੂੰ ਹੀ ਜਾਂਦੀ ਹੁੰਦੀ ਹੈ। ਸੋ ਉਸ ਹਵਾਲੇ ਨਾਲ ਕਹਿੰਦੇ ਕਿ ਉੱਥੇ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਮਹਾਰਾਸ਼ਟਰ ਦੇ ਮਾਮਲੇ ਨੂੰ ਲੈ ਕੇ ਇੱਕ ਮਤਲਬ ਕਿ ਮੂੰਹ ਜਵਾਨੀ ਗੱਲ ਕਹੀ, ਇੱਕ ਟਿੱਪਣੀ ਕੀਤੀ, ਉਹ ਟਿੱਪਣੀ ਰਾਜਪਾਲ ਨੂੰ ਲੈ ਕੇ ਸੀ ਕਿ ਰਾਜਪਾਲ ਨੂੰ ਰਾਜਨੀਤੀ ਚ ਦਖਲ ਦੇਣ ਦੀ ਕੋਈ ਲੋੜ ਨਹੀਂ। ਜੇਕਰ ਕੋਈ ਧਿਰ ਸਰਕਾਰ ਦਾ ਗਠਨ ਕਰਨ ਦਾ ਦਾਅਵਾ ਕਰੇ ਕਿ ਅਸੀਂ ਸਰਕਾਰ ਬਣਾਉਣ ਦਾ ਦਮ ਭਰਦੇ ਹਾਂ, ਤਾਂ ਕਹਿੰਦੇ ਉਹਨੂੰ ਕਹੇ ਕਿ ਸਦਨ ਦੇ ਵਿੱਚ ਭਾਈ ਬਹੁਮਤ ਸਾਬਤ ਕਰ ਦੇ, ਉਸ ਨੂੰ 3-13 ਚ ਪੈਣ ਦੀ ਲੋੜ ਨਹੀਂ। ਸੋ ਇਸ ਹਵਾਲੇ ਨਾਲ ਇਹ ਸਿੱਧਾ ਨੁਕਤਾ, ਚਾਹੇ ਮਹਾਰਾਸ਼ਟਰ ਦੇ ਰਾਜਪਾਲ ਨੂੰ ਧਿਆਨ ਚ ਰੱਖਦੇ ਆ, ਉੱਥੇ ਦੇ ਮਾਮਲੇ ਧਿਆਨ ਚ ਰੱਖਦੇ ਆ, ਪਰ ਇਹ ਇੱਥੇ ਵੀ ਲਾਗੂ ਹੁੰਦਾ ਫਿਰ ਮੇਰਾ ਖਿਆਲ। ਜੀ, ਇਹ ਪੰਜਾਬ ਦੇ ਰਾਜਪਾਲ ਨੂੰ ਵੀ ਆ ਕਿ ਭਾਈ ਤੂੰ ਆਪਣੇ ਥਾਂ ਤੱਕ ਟਿਕਿਆ ਰਹਿ, ਜਿੰਨਾ ਤੇਰਾ ਅਧਿਕਾਰ ਖੇਤਰ ਆ ਤੂੰ ਓਨੇ ਚ ਰਹਿ, ਤੂੰ ਸਿੱਧਾ ਸਰਕਾਰ ਚ ਦਖਲ ਨਾ ਦੇ। ਇੱਧਰ ਇਹ ਇੱਕ ਤਰ੍ਹਾਂ ਭਗਵੰਤ ਮਾਨ ਲਈ ਹੋਰਾਂ ਦੀ ਵੀ ਹੈ ਕਿ ਭਗਵੰਤ ਮਾਨ ਜੀ ਤੁਸੀਂ ਕੇਜਰੀਵਾਲ ਦੇ ਮੋਢਿਆਂ ਤੇ ਚੜ੍ਹ ਕੇ ਇੱਥੇ ਪੰਜਾਬ ਦੇ ਵਿੱਚ ਮਾਹੌਲ ਨਾ ਖਰਾਬ ਕਰ ਲਿਓ ਕਿ ਉੱਥੇ ਕੇਜਰੀਵਾਲ ਦੇ ਜੇ ਉੱਥੇ ਦੇ ਉੱਪਰ ਰਾਜਪਾਲ ਦੇ ਜਿਹੋ ਜਿਹਾ ਰਿਸ਼ਤਾ ਹੈ, ਉੱਥੇ ਇਹੋ ਜਿਹਾ ਵਿਗਾੜ ਕਰਕੇ ਆਪਾਂ ਆਪਣੇ ਪੰਜਾਬ ਦੇ ਸੂਬੇ ਦਾ ਕੋਈ ਨੁਕਸਾਨ ਨਾ ਕਰੀਏ। ਇਸ ਲਈ ਮੁੱਖ ਮੰਤਰੀ ਸਾਹਿਬ ਨੂੰ ਵੀ ਥੋੜ੍ਹਾ ਜਿਹਾ ਧਿਆਨ ਨਾਲ ਚੱਲਣ ਦੀ ਲੋੜ ਹੈ। ਪਰ ਜਿਹੜਾ ਇਹ ਹਵਾਲਾ ਆਇਆ ਪ੍ਰਵੀਨ ਜੀ, ਇਹ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਚੰਦਰਚੂੜ ਨੇ ਉਹਨਾਂ ਨੇ ਮੂੰਹ ਜਵਾਨੀ ਟਿੱਪਣੀ ਕੀਤੀ ਹੈ। ਇਸ ਟਿੱਪਣੀ ਦੇ ਮਾਮਲੇ 'ਚ ਮੈਂ ਦੇਖ ਰਿਹਾ ਸੀਗਾ ਕਿ ਉਹ ਕਹਿੰਦੇ ਕਿ ਰਾਜਪਾਲ ਹੋਰਾਂ ਨੂੰ ਖੁਦ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ। ਕੋਈ ਵੀ ਧੜਾ ਜੇਕਰ ਸਰਕਾਰ ਬਣਾਉਣ ਦਾ ਦਾਅਵਾ ਕਰਦਾ ਹੈ ਤੇ ਉਹ ਦਮ ਭਰਦਾ ਹੈ ਕਿ ਮੇਰੇ ਕੋਲ ਲੋੜ ਜਿੰਨੇ MLA ਹੈਗੇ ਨੇ, ਤਾਂ ਕਹਿੰਦੇ ਰਾਜਪਾਲ ਦਾ ਕੰਮ ਇੰਨਾ ਹੀ ਆ, ਉਹ ਕਹੇ ਕਿ ਜੀ ਬਹੁਮਤ ਸਾਬਤ ਕਰ ਦਿਓ, ਠੀਕ ਹੈ, ਤੇ ਉਹ ਤੋਂ ਬਾਅਦ ਤੁਸੀਂ ਸਹੁੰ ਚੁਕਾ ਦਿਓ। ਕਹਿੰਦੇ ਅਸਲ 'ਚ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦੀ ਜਿਹੜੀ ਵੰਡ ਹੋਈ ਹੈ, ਟੁੱਟ ਭੱਜ ਹੋਈ ਆ, ਉਹਨੂੰ ਲੈ ਕੇ ਕੋਰਟ 'ਚ ਮਾਮਲਾ ਚੱਲਦਾ, ਤੇ ਉਸ ਮਾਮਲੇ ਦੇ ਵਿੱਚ 5 ਜੱਜਾਂ ਦੇ ਬੈਂਚ ਤੋਂ 7 ਜੱਜਾਂ ਦੇ ਬੈਂਚ ਨੂੰ ਉਹ ਮਾਮਲਾ ਸੌਂਪਣ ਨੂੰ ਲੈ ਕੇ ਸੁਣਵਾਈ ਸੀ। ਉਸ ਸੁਣਵਾਈ ਦੇ ਦੌਰਾਨ ਇਹ ਟਿੱਪਣੀ ਆਈ ਸਾਹਮਣੇ, ਤੇ ਇਹਦੇ ਵਿੱਚ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਰਾਜਪਾਲ ਹੋਰਾਂ ਦੇ ਹਵਾਲੇ ਨਾਲ, ਮਤਲਬ ਕਿ ਉੱਥੇ ਦਾ ਸੋਲਿਸਿਟਰ ਜਨਰਲ ਹੈ ਜਿਹੜਾ ਤੁਸ਼ਾਰ ਮਹਿਤਾ, ਹਾਂਜੀ, ਹੈ ਨਾ, ਉਹਨੇ ਕਿਹਾ, ਕਹਿੰਦਾ ਜੀ ਕਿ ਹਾਰਸ ਟ੍ਰੇਡਿੰਗ ਚੱਲ ਰਹੀ ਹੈ, ਘੋੜਿਆਂ ਦੀ ਖਰੀਦੋ ਫਰੋਖਤ ਜਿਵੇਂ ਹੁੰਦੀ ਹੈ ਉਵੇਂ MLA ਦੀ ਖਰੀਦੋ ਫਰੋਖਤ ਹੋ ਰਹੀ ਹੈ ਜੀ ਇੱਥੇ। ਇਸ ਹਵਾਲੇ ਨਾਲ ਮਤਲਬ ਇਹਨਾਂ ਦੀ ਸ਼ਿਕਾਇਤ ਸੀ, ਤੇ ਉਹਦੇ ਵਿੱਚ ਫਿਰ ਟਿੱਪਣੀ ਕੀਤੀ ਕਿ ਭਾਈ ਰਾਜਪਾਲ ਦਾ ਕੰਮ ਨਹੀਂ ਹੈ ਇੱਕ ਕੌਣ ਖਰੀਦ ਰਿਹਾ, ਕੌਣ ਵੇਚ ਰਿਹਾ, ਕੌਣ ਨਹੀਂ, ਅਦਾਲਤਾਂ ਆਪਣੇ ਆਪ ਦੇਖ ਲੈਣਗੇ ਜਦੋਂ ਅਦਾਲਤਾਂ 'ਚ ਮਾਮਲਾ ਆਊਗਾ। ਆਊਗਾ, ਸਹੀ, ਤੁਹਾਡੇ ਕੋਲ ਕੋਈ ਧਿਰ ਆ ਕੇ ਕਹਿੰਦੀ ਹੈ ਕਿ ਸਾਡੇ ਕੋਲ ਬਹੁਮਤ ਜਿੰਨੇ MLA ਹੈ ਕਿ ਤੁਸੀਂ ਪੁੱਛੋ, ਦਲ ਬਦਲੂ ਦਾ ਨੀ ਕਾਨੂੰਨ ਲਾਗੂ ਹੋਊਗਾ ਨਹੀਂ ਹੋਊਗਾ, ਵਾਧੀਆਂ ਗੱਲਾਂ ਦੇਖੀ ਜਾਵਾਂਗੇ ਅਸੀਂ। ਸੋ ਸੁਪਰੀਮ ਕੋਰਟ ਦੀ ਇਹ ਟਿੱਪਣੀ ਰਾਜਪਾਲ ਮਹਾਰਾਸ਼ਟਰ ਨੂੰ ਨਹੀਂ ਮਿਲਦਾ, ਦੇਸ਼ ਦੇ ਸਮੁੱਚੇ ਰਾਜਪਾਲਾਂ ਨੂੰ ਹੈ ਕਿ ਭਾਈ ਆਪਣੇ ਦਾਇਰੇ 'ਚ ਰਹਿ ਕੇ ਕੰਮ ਕਰਨ ਦੀ ਲੋੜ ਹੈ। ਬੇਸ਼ੱਕ ਹਵਾਲਾ ਹੈਗਾ ਕਿ ਉਹ ਨੁਕਤਾ ਪੁੱਛ ਸਕਦੇ ਨੇ, ਉਹ ਜਾਣਕਾਰੀ ਹਾਸਲ ਕਰ ਸਕਦੇ ਨੇ, ਪਰ ਉਹਦੇ ਪਿੱਛੇ ਮਨਸ਼ਾ ਕਹੀ ਜੀ ਹੈ, ਉਹ ਸਾਫ਼ ਝਲਕ ਜਾਂਦੀ ਹੈ ਕਿ ਤੁਹਾਡੀ ਮਨਸ਼ਾ ਸਰਕਾਰ ਨਾਲ ਅੱਡਾ ਲੈਣ ਦੀ ਹੈ ਜਾਂ ਸਰਕਾਰੀ ਸਿਸਟਮ ਨੂੰ ਸਹੀ ਤਰੀਕੇ ਨਾਲ ਚਲਾਉਣ ਦੀ ਹੈ। ਸੋ ਇਸ ਮਾਮਲੇ ਦੇ ਵਿੱਚ ਇਹ ਰਾਜਪਾਲ ਨੂੰ ਨਸੀਹਤ ਮੇਲਾ ਦਾ ਮਹਾਰਾਸ਼ਟਰ ਤੋਂ ਹੁੰਦੇ ਹੋਏ ਪੰਜਾਬ ਤੱਕ ਦੇਣ ਵਾਲੀ ਵੀ ਹੈ। ਸੋ ਹੁਣ ਇਹਨਾਂ ਨੂੰ ਮੈਨੂੰ ਲੱਗਾ ਇੰਨੇ ਤੋਂ ਸਮਝ ਲੈਣਾ ਚਾਹੀਦਾ ਕਿ ਭਾਈ ਇਹ ਮੇਰੇ ਲਈ ਵੀ ਉਨੀ ਨਸੀਹਤ ਹੈ ਜਿੰਨੀ ਮਹਾਰਾਸ਼ਟਰ ਦੇ ਰਾਜਪਾਲ ਲਈ ਹੈ। ਜੀ ਸ਼ਰਮਾ ਜੀ, ਇੱਕ ਗੱਲ ਜ਼ਰੂਰ ਦੱਸੋ ਵੀ ਰਾਜਪਾਲ ਸੰਵਿਧਾਨਕ ਤੌਰ ਤੇ ਮੁਖੀ ਹੋ ਸਕਦਾ ਹੈ, ਸੰਵਿਧਾਨ ਦਾ ਮੁਖੀ ਤਾਂ ਨਹੀਂ ਹੈ ਨਾ? ਨਾ ਜੀ, ਸੰਵਿਧਾਨ ਉਹ ਤਾਂ
ਸੰਵਿਧਾਨ ਅਨੁਸਾਰ ਕੰਮ ਕਰਨ ਲਈ ਰੱਖਿਆ ਗਿਆ ਕਿ ਨੁਮਾਇੰਦਾ ਨੁਮਾਇੰਦਾ ਬਸ ਤੁਹਾਡਾ ਕੰਮ ਤਾਂ ਇੰਨਾ ਹੀ ਹੈ ਕਿ ਜਿਹੜਾ ਸੰਵਿਧਾਨ ਦੇ ਨਿਯਮ ਨੇ ਉਹਨਾਂ ਦੀ ਪਾਲਣਾ ਹੋਵੇ ਭਾਈ ਪਰ ਉਹਦਾ ਤਰੀਕਾ ਹੁੰਦਾ ਕਿ ਦੋ ਭਰਾਵਾਂ ਨੇ ਬੈਠ ਕੇ ਕਿਵੇਂ ਮਸਲਾ ਹੱਲ ਕਰਨਾ ਸੋ ਜੇਕਰ ਤੁਹਾਨੂੰ ਮਾਣ ਦੇਤਾ ਇਹਦਾ ਮਤਲਬ ਇਹ ਨੀ ਕਿ ਤੁਸੀਂ ਉਸਨੂੰ ਹੋਰ ਤਰ੍ਹਾਂ ਲਓਗੇ ਸੋ ਆਪਾਂ ਪਹਿਲੇ ਦਿਨ ਤੋਂ ਗੱਲ ਕਰ ਰਹੇ ਹਾਂ ਕਿ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ ਉੱਥੇ ਉੱਥੇ ਬਹੁਤ ਛੇਤੀ ਖਾਮੀਆਂ ਲੱਭਦੀਆਂ ਇਹਨਾਂ ਨੂੰ ਉੱਥੇ ਉੱਥੇ ਬਹੁਤ ਛੇਤੀ ਮੁੱਦੇ ਖੜੇ ਹੁੰਦੇ ਨੇ ਪਰ ਜਿੱਥੇ ਇਹਨਾਂ ਦੀ ਸਰਕਾਰ ਹੈਗੀ ਹੈ ਉੱਥੇ ਸੌ ਜਾਂਦੇ ਨੇ ਜੀ ਜੀ ਜੀ